ਹਾਂਜੀ, ਹੁਣ ਆਪਾਂ ਵਿਆਹ ਚ ਪਹੁੰਚ ਚੁੱਕੇ ਹਾਂ ਤੇ ਚਾਹ ਪਾਣੀ ਦਾ ਪ੍ਰੋਗਰਾਮ ਚੱਲਦਾ ਪਿਆ ਆ। ਇੱਧਰ ਵੀਰੂ ਨੇ ਚਾਹ ਪਾਉਂਦੇ ਪਏ ਨੇ ਤੇ ਇਹ ਮੁੰਡਾ ਵੀ ਡਿਆ ਸਿਆਰਾ ਸੂਰਾ ਕਰਨ। ਬਾਕੀ ਇਹਦੇ ਪਕੌੜੇ ਪਕਾੜੇ ਆਪਣੇ ਹਲਵਾਈਆਂ ਹੁਣ ਕੱਢੇ ਹੋਏ ਨੇ ਸਾਰੇ ਤੇ ਬਾਕੀ ਸਾਰਾ ਤੁਹਾਨੂੰ ਮਾਹੌਲ ਚਲ ਵਿਖਾਉਣਾ ਮੈਂ ਇੱਧਰ ਉੱਧਰ ਦਾ ਬਾਗ ਬੂਰ ਦਾ ਵੀ। ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਵਿਆਹ ਵਾਲੇ ਘਰ। ਤੇ ਵਿਆਹ ਵਾਲੇ ਘਰ ਇਸ ਟਾਈਮ ਪਾਠ ਹੁੰਦਾ ਪਿਆ, ਪਾਠ ਹੋ ਗਿਆ ਆ, ਕਥਾ ਹੋ ਰਹੀ ਆ। ਆਓ ਤੁਹਾਨੂੰ ਆਪਾਂ ਦਰਸ਼ਨ ਦੁਰਸ਼ਨ ਕਰਾਉਂਦੇ ਹਾਂ, ਪੂਰੇ ਵੀਡੀਓ ਬਣਾ ਕੇ ਦਿਖਾਉਂਦੇ ਹਾਂ ਪੂਰੀ ਪੂਰੀ। ਇੱਧਰ ਆਪ ਹੀ ਸਾਰਾ ਪਰਿਵਾਰ ਲੱਗ ਕੇ ਆਪ ਹੀ ਪਕੌੜੇ ਪਕੌੜੇ ਉਤਾਰ ਰਹੇ ਆ। ਬਾਕੀ ਤੁਸੀਂ ਦੇਖ ਸਕਦੇ ਹੋ ਵੀ ਘਰ ਚ ਪੂਰਾ ਮਾਹੌਲ ਚੱਲ ਬਣਿਆ ਪਕੌੜੇ ਪਕੌੜਿਆਂ ਦਾ ਤੇ ਅੰਦਰ ਪਾਠ ਹੋ ਕਥਾ ਹੋ ਰਹੀ ਆ। ਬਾਕੀ ਪਕੌੜੇ ਪਕੌੜੇ ਦਾ ਦਰਸ਼ਨ ਕਰ ਸਕਦੇ ਤੇ ਪਕੌੜੇ ਪਕੌੜੇ ਲੱਗੇ ਹੋਏ ਆ। ਇਹ ਆਪਣਾ ਜਿਹੜਾ ਸਭ ਤੋਂ ਮੇਨ ਬਹਿਰਾ ਇਹ ਰੋਟੀ ਵੀ ਘਰ ਹੀ ਪੱਕਦੀ ਆ ਤੇ ਸੋ ਵਧੀਆ ਗੱਲ ਵੀ ਰੋਟੀ ਜਿਹੜੀ ਆ ਘਰੇ ਪੱਕਣੀ ਚਾਹੀਦੀ ਆ। ਤੇ ਵਿਆਹ ਹੀ ਸਾਰਾ ਘਰ ਚ ਹੋਣਾ ਆ ਤੇ ਬਹੁਤ ਹੀ ਸੋਹਣਾ ਲੱਗਦਾ ਕਿਉਂਕਿ ਇਹ ਹੁਣ ਜਿਹੜਾ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਪਹਿਲਾਂ ਵਾਲਾ ਮਾਹੌਲ ਹੀ ਨਾ ਉਹ ਨੀ ਰਿਹਾ ਅੱਗੇ ਸਾਰੇ ਅੱਜ ਕੱਲ੍ਹ ਜਿੰਨੇ ਵਿਆਹ ਹੋ ਰਹੇ ਆ ਪੈਲਸ ਚ ਹੋ ਰਹੇ ਆ ਤੇ ਹੁਣ ਵਧੀਆ ਲੱਗਦਾ ਵੀ ਕੋਈ ਘਰ ਚ ਵੀ ਵਿਆਹ ਹੁੰਦਾ ਤੇ ਘਰ ਦਾ ਨਜ਼ਾਰਾ ਹੀ ਅਲੱਗ ਹੁੰਦਾ ਯਾਰ ਵਿਆਹ ਹੋਣ ਚ। ਬਾਕੀ ਇੱਧਰ ਰੋਟੀ ਪਾਣੀ ਪੱਕ ਰਿਹਾ, ਸੋਹਣਾ ਲੱਗ ਰਿਹਾ ਇੱਧਰ ਦਾ ਤੇ ਬਾਕੀ ਤੁਸੀਂ ਵੀਡੀਓ ਵੇਖਦੇ ਰਹੋ। ਇਹ ਆਪਣਾ ਕਰਨ ਔਜਲਾ ਵੀਰ ਆਇਆ ਹੋਇਆ ਇੱਥੇ ਤੇ ਤੁਸੀਂ ਬਹਿ ਕੇ ਚਾਹ ਪੀ ਰਿਹਾ, ਆਪ ਹੀ ਵਰਤਾ ਰਿਹਾ ਤੇ ਸੇਵਾ ਕਰ ਰਿਹਾ ਵੀਰ ਆਪਣੇ ਘਰ ਦੀ ਆਪ ਹੀ ਤੇ ਵਧੀਆ ਲੱਗ ਰਿਹਾ ਵੈਸੇ ਵੀ। ਬਾਕੀ ਤੁਸੀਂ ਵੀਡੀਓ ਵੇਖਦੇ ਰਹੋ, ਬਣੇ ਰਹੋ ਸਾਡੇ ਨਾਲ ਤੇ ਅੱਗੇ ਤੁਹਾਨੂੰ ਨਜ਼ਾਰਾ ਆਊਗਾ ਵੀਡੀਓ ਦੇਖਣ ਦਾ। ਹਾਂਜੀ, ਹੁਣ ਪਾਠ ਦੀ ਸਮਾਪਤੀ ਹੋ ਗਈ ਆ ਤੇ ਮਾਰਥੂ ਬਲੈਕ ਚੱਲੇ ਆ ਗੁਰਦੁਆਰਾ ਸਾਹਿਬ। ਬਾਕੀ ਤੁਸੀਂ ਦੇਖੋ ਹੁਣ ਲੰਗਰ ਪਾਣੀ ਹੋ ਗਿਆ ਸਟਾਰਟ ਮੈਮ। ਆਪਾਂ ਜਿਹੜਾ ਮਹਾਰਾਜ ਸੂਬ ਦਾ ਸਟੈਂਡ ਆ ਉਹ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਛੱਡਣ ਲਈ ਤੇ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ। ਹਾਂਜੀ, ਹੁਣ ਆਪਾਂ ਆਹੀ ਆਪਣੇ ਚਾਚੇ ਦੇ ਪਿੰਡ ਤੇ ਇਹ ਹੈਗਾ ਗੁਰਦਾਸਪੁਰ ਚ ਪਿੰਡ ਪੈਂਦਾ ਆ ਫਜੂਲਾ ਚੱਕ ਤੇ ਤੁਹਾਨੂੰ ਹੁਣ ਪਿੰਡ ਦੀ ਰੌਣ ਵਿਖਾਉਣਾ ਪੂਰਾ ਕੱਢ ਕੇ ਮੈਂ ਤੇ ਪਿੰਡ ਚ ਇੱਥੇ ਆਪਣਾ ਤਲਾਬ ਵੀ ਹੈ ਬੜਾ ਤਕੜਾ ਉਹ ਵੀ ਤੁਹਾਨੂੰ ਮੈਂ ਵਿਖਾਲਦਾ ਹੁਣੇ ਜਿਹਨੂੰ ਕਈ ਜ਼ਿਲ੍ਹਿਆਂ ਚ ਟੋਬਾ ਵੀ ਕਹਿੰਦੇ ਆ ਤੇ ਮਾਝੇ ਏਰੀਏ ਚ ਕਹਿੰਦੇ ਆ ਛੱਪੜ ਤੇ ਮਾਲਵੇ ਇਲਾਕੇ ਚ ਕਹਿੰਦੇ ਆ ਟੋਬਾ ਇੱਧਰ ਡੱਲ ਝੀਲ ਵੀ ਕਹਿ ਸਕਦੇ ਆ ਪੈਰਾਂ ਨੂੰ। ਬਾਕੀ ਤੁਸੀਂ ਪਿੰਡ ਦੀਆਂ ਰੂੜੀਆਂ ਰਾਣੀਆਂ ਵੇਖ ਸਕਦੇ ਹੋ ਕਿਉਂਕਿ ਇਹੀ ਪਿੰਡ ਦੇ ਮਾਹੌਲ ਕਿਤੇ ਸਾਨੂੰ ਸ਼ਹਿਰ ਚ ਨੀ ਮਿਲਦਾ। ਵੇਖੋ ਤੁਸੀਂ ਕਿੱਡਾ ਤਕੜਾ ਇਹ ਛੱਪੜ ਆ, ਇੰਨੀ ਜਗ੍ਹਾ ਚ ਪੈਲਸ ਬਣਦਾ ਇੱਕ ਜਿਹਨੇ ਛੱਪੜ ਬਣਾਇਆ ਪਿੰਡ ਵਾਲੇ ਨੇ ਅਮੀਰ ਆ। ਇਹ ਕਹਿੰਦੇ ਪਿੰਡਾਂ ਦੇ ਲੋਕ ਅਮੀਰ ਹੁੰਦੇ ਲੋਕ ਜਿਹੜੇ ਉਹ ਅਮੀਰ ਬੜੇ ਹੁੰਦੇ ਆ। ਆਹ ਵੇਖੋ 2 ਕਿੱਲੇ ਛੱਪੜ ਬਣਾਇਆ 2 ਕਿੱਲੇ ਤੇ ਇਹੀ ਕਿਸੇ ਸ਼ਹਿਰ ਚ ਹੁੰਦਾ ਨਾ ਤੇ ਸ਼ਹਿਰ ਚ ਇਹਨਾਂ ਨੇ ਪੈਲਸ ਬਣਾ ਲੈਣਾ ਹੋਟਲ ਬਣਾ ਲੈਣਾ ਸੀ ਪਰ ਪਿੰਡਾਂ ਦੇ ਲੋਕ ਸ਼ਮੀ ਕਾਫੀ ਅਮੀਰ ਨੇ ਠੀਕ ਨੀ ਛੱਪੜ ਬਣਾ ਦੇਣੀ ਥਾਂ ਵਿੱਚ। ਬਾਕੀ ਤੁਸੀਂ ਵੇਖੋ ਪਿੰਡ ਦਾ ਮਾਹੌਲ ਚਾਲ। ਹੁਣ ਆਪਾਂ ਚੱਲੇ ਆ ਕਹਿੰਦੇ ਨੇ ਹੁਣ ਆਪਾਂ ਚੱਲੇ ਆ ਸਬਜ਼ੀ ਸੁਬਜ਼ੀ ਲਿਆਉਣ ਵਿਆਹ ਲਈ ਸਵੇਰੇ ਆਪਣਾ ਪ੍ਰੋਗਰਾਮ ਫਾਈਨਲ ਬਰਾਤ ਦਾ ਆਪਣੇ ਪਿੰਡ ਦਾ ਮਸ਼ਹੂਰ ਬੰਦਾ ਆ ਜਿਹਨੂੰ ਕਿ ਇਹ ਹੈਗਾ ਆ ਏਪੀ ਢਿੱਲੋਂ ਦੀ ਕਾਪੀ ਡਬਲ ਏਪੀ ਢਿੱਲੋਂ ਦੀ ਡਬਲ ਰੋਲ ਆ ਕੁੰਡਲਾ ਆਪਾਂ ਪਵਾ ਲੈਣੇ ਅੱਜ ਏਪੀ ਢਿੱਲੋਂ ਮਾੜਾ ਗਾਣਾ ਗਾਈ ਯਾਰ ਥੋੜਾ ਜਾ ਮਾੜਾ ਗਾਈ ਅੱਜ ਤੇ ਆਪਾਂ ਚੱਕ ਦੇਣਾ ਵੇਖੀ ਗਾਣਾ ਗਾਈ ਥੋੜਾ ਜਾ ਕੋਈ ਵੀ ਗਾਰੇ ਮੈਨੂੰ ਬੜਾ ਗਾਣਾ ਆਉਂਦਾ ਨੀ ਮੈਂ ਉਹਦਾ ਗਾਰੇ ਸਾਰਾ ਸਾਰਾ ਦਿਨ ਨਹੀਂ ਸਾਰਾ ਸਾਰਾ ਦਿਨ ਗਾਰੇ ਮੜਿਆ
ਚੱਲ ਠੀਕ ਹੈ, ਉੱਥੇ ਤੂੰ ਗਾਣੇ ਕਿੰਨੇ ਗਿਆ ਸੀ? ਪਰ ਮਾੜਾ ਹੁਣ ਵੀ ਇੱਕ ਵਜੇ ਵੇਖ ਲਾ, ਫਿਰ ਤੈਨੂੰ ਸੌ ਲੱਗੇ ਗੋਏ ਦੀ। ਹਾਂਜੀ, ਹੁਣ ਟਰਾਲੀ ਆ ਗਈ ਆਪਣੀ, ਇੱਥੇ ਆਪਾਂ ਲੈ ਜਾਵਾਂਗੇ ਸੌਦਾ ਪੱਤਾ, ਜਿੱਦਾਂ ਕਿ ਸਬਜ਼ੀਆਂ ਵਗੈਰਾ ਲੈ ਜਾਵਾਂਗੇ। ਇਹ ਹੁਣ ਆਪਾਂ ਜਾਵਾਂਗੇ ਟਰਾਲੀ ਦੇ, ਇਸ ਦੇ ਬੰਦੇ ਆਪਣੇ ਸਾਰੇ ਆ ਚੁੱਕੇ ਨੇ, ਤੇ ਆਪਾਂ ਹੁਣ ਚੱਲਦੇ ਹਾਂ ਟਰਾਲੀ ਤੇ ਸਬਜ਼ੀ ਭਾਜੀ ਲੈਣ। ਆਓ ਚੱਲੀਏ, ਬੰਦੇ ਟਰਾਲੀ ਮਗਰ ਖੜ ਗਈ ਆ, ਸਾਰੇ ਬੰਦੇ ਆ ਚੁੱਕੇ ਨੇ। ਲਓ ਜੀ, ਹੁਣ ਆਪਣੀ ਟਰਾਲੀ ਚ ਬੰਦੇ ਸਾਰੇ ਆ ਚੁੱਕੇ ਨੇ, ਇਹ ਚੱਲੇ ਨੇ ਆਪਣੀਆਂ ਸਬਜ਼ੀ ਸੁਬਜ਼ੀ ਲੈਣ। ਤੁਹਾਨੂੰ ਵਿਖਾਵਾਂਗੇ ਪੂਰੇ ਪਿੰਡ ਦਾ ਵਿਆਹ, ਕਿਉਂਕਿ ਅੱਜ ਕੱਲ੍ਹ ਪਿੰਡਾਂ 'ਚ ਬਹੁਤ ਘੱਟ ਵਿਆਹ ਹੋ ਰਹੇ, ਪੈਲਸਾਂ 'ਚ ਵਿਆਹ ਹੋ ਰਹੇ ਆ। ਬਾਕੀ ਤੁਸੀਂ ਸਾਡੇ ਨਾਲ ਬਣੇ ਰਹੋ, ਵੀਡੀਓ ਦੇਖਦੇ ਰਹੋ, ਅਤੇ ਟਰਾਲੀ 'ਚ ਬੰਦੇ ਆਪਣੇ ਦੇਖ ਸਕਦੇ ਸਾਰੇ। ਦੇਖੋ ਪਿੰਡ ਦਾ ਮਾਹੌਲ ਚਾਲ ਹੈ ਵੀਰੇ, ਕੀ ਹਾਲ ਚਾਲ? ਠੀਕ ਆ, ਇਹ ਸਾਰੇ ਬੰਦੇ ਨੇ ਆਪਣੇ ਟਰਾਲੀ 'ਤੇ ਆ ਗਏ ਨੇ, ਮਾਹੌਲ ਚਾਲ ਦੇਖ ਸਕਦੇ ਤੁਸੀਂ। ਬਾਕੀ ਤੁਸੀਂ ਮਾਹੌਲ ਚਾਲ ਦੇਖ ਸਕਦੇ ਹੋ, ਟਰਾਲੀ 'ਤੇ ਜਾ ਰਹੇ ਹਾਂ। ਬਾਕੀ ਪਿੰਡ ਦਾ ਤੁਸੀਂ ਤੂੰ ਦੇਖੋ, ਪਿੰਡਾਂ 'ਚ ਸਰੋਂ ਸਰੋਂ ਲੱਗੀ ਵੀ ਆ, ਲਓ ਜੀ ਹੁਣ ਪਹੁੰਚ ਗਏ ਹਾਂ ਟੈਂਟ ਵਾਲੀ ਦੁਕਾਨ 'ਤੇ, ਅਤੇ ਇੱਥੋਂ ਲਵਾਂਗੇ ਟੈਂਟ, ਅਤੇ ਟੈਂਟ ਲੈ ਕੇ ਫਿਰ ਆਪਾਂ ਬਣਾਂਗੇ ਚੱਲਦੇ, ਤੁਹਾਨੂੰ ਦਿਖਾਉਂਦੇ ਹਾਂ ਵੀ ਟੈਂਟ ਵਗੈਰਾ ਵੀ। ਚਲੋ ਵੀ ਮੁੰਡਿਓ ਨਿਕਲੋ, ਇਹ ਹੁਣ ਸਾਰੇ ਬੰਦੇ ਆਏ ਆਪਣੇ ਟੈਂਟ ਧੋਣ ਲਈ, ਇਹ ਸਾਰੇ ਹੁਣ ਟੈਂਟ ਲੈਣਗੇ। ਸਪੈਸ਼ਲ ਬਹਿਰੇ ਮੰਗਾਏ ਆ ਆਪਣੇ, ਲੱਗੇ ਆ ਟੈਂਟ ਦੇ ਸਮਾਨ, ਇਹ ਲਾਉਣ ਲੱਗੇ ਆਪਣੇ, ਹੁਣ ਟਰਾਲੀ ਸਮਾਨ ਲੱਦਣਗੇ ਪੂਰਾ ਪੂਰਾ, ਵੱਡਾ ਭਰਾ ਸ਼ਮੀ ਟੈਂਟ ਟੁੱਟ ਲੱਦ ਲਿਆ ਵੀਰ ਨੇ, ਤੇ ਦੁਕਾਨ ਪਾ ਲਿਆ ਮੁੰਡਾ ਵੀਰ ਆਪਣਾ। ਇਹ ਹੋਇਆ ਵੀ ਵਿਆਹ ਸਮਾਨ ਇਕੱਠਾ ਹੋ ਰਿਹਾ ਆ, ਤੇ ਬਾਕੀ ਤੁਸੀਂ ਏਦਾਂ ਵੀਡੀਓ ਚ ਬਣੇ ਰਹੋ ਤੇ ਵੇਖਦੇ ਰਹੋ, ਬਾਕੀ ਤੁਹਾਨੂੰ ਹੋਰ ਵੀ ਵਿਖਾਵਾਂਗੇ ਆਪਾਂ। ਤੇ ਹਾਂਜੀ, ਹੁਣ ਸਮਾਨ ਸਭ ਲੱਦ ਲਿਆ ਆ ਟਰਾਲੀ ਚ, ਕਾਫੀ ਟਾਈਮ ਹੋ ਗਿਆ ਉਹਨੂੰ, ਘੰਟਾ ਇੱਕ ਹੋ ਗਿਆ ਆ, ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਸਬਜ਼ੀ ਲੈਣ।
ਚੱਲ ਪਾ ਕੇ ਭਾਏ ਵੱਲ ਮਾਰਦੇ ਵੱਡੀ ਡੈਡੀ ਗੁੱਸੇ ਚ ਆ ਗਏ ਜਵਾਨ
ਚੱਲ ਪਾਗਾ ਅੱਗੇ ਬਣਾ ਦੇ ਕੁਝ ਵੀ ਕੋਲੋਂ ਬਣਾ ਦੇ ਕੋਲੋਂ ਕੁਝ ਵੀ ਚਲੋ ਫਿਰ ਤੋਂ ਜੇ ਕਰੀ ਹੋਣ ਗਏ ਸਟੰਟ ਕਿਆ ਬਾਤ ਛਾਤੀ ਭੱਟੂ ਬਹਿ ਗਏ ਚਾਕਲੀ ਛਾਲ ਆਉਂਦੇ Thank you.
Let's go.